ਮਿੰਟਾਂ ਚ ਉਹਨਾਂ ਲੈ ਗਏ, ਉਹਨਾਂ ਨੇ ਵੇਖਿਆ ਬੈਟਰੀ ਲਾ ਲਾ ਕੇ ਨਹੀਂ ਇਹ ਖਤਮ ਬੋਲਦੇ ਨਹੀਂ। ਪਾਣੀ ਪੂਣੀ ਵੀ ਅਸੀਂ ਪਾਇਆ ਮੂੰਹ ਆ ਕੇ ਨਹੀਂ, ਉਹਨਾਂ ਨੂੰ ਨਹੀਂ ਸੀ। ਇਹਨ ਪੰਜੋ ਕੀ ਮੌਕੇ ਤੇ ਮੌਤ ਹੋ ਗਈ, ਇਹਨਾਂ ਦੀ ਪੰਜਾਂ ਦੀ ਤਾਂ ਉਹਦਾ ਹੀ ਮੌਤ ਹੋਈ, ਨਹੀਂ ਤਾਂ ਅਸੀਂ ਉਹਦੀ ਕੱਢ ਕੇ ਐਂਬੂਲੈਂਸ 'ਚ ਪਾ ਦੇਣੀ ਸੀ, ਨਹੀਂ ਤਾਂ ਪੰਜਾਂ ਦੀ ਉਹਦਾ ਹੀ ਮੌਤ ਹੋ ਗਈ। ਉਹ ਜੋ ਦੋ ਬੱਚੇ ਆ ਜੀ ਜੋ ਲੈ ਕੇ, ਦੋ ਬੱਚੇ ਸੀ ਜਿਹੜੇ ਕੱਢ ਲਏ ਹੋਏ, ਜੋ ਉਹ ਸਹਿਕ ਰਹੇ ਥੇ। ਹਾਂ ਉਹ ਸਹਿਕ ਰਹੇ ਸੀ, ਉਹਨਾਂ ਨੂੰ ਪਾਣੀ ਗਰਮ ਮਿਲ ਜਾ ਕੇ ਪਿਆਇਆ, ਠੰਡਾ ਵੀ ਪਿਆਈ ਦਾ ਹੁੰਦਾ ਸੀ। ਨਹੀਂ आपका कहने का मतलब ये मारुति कार वाले की गलती से, मारुति कार वाले की गलती, वो ट्राले के साथ जा रहा था, वो तो इतने बैठा यार चाह पी गया। हां ट्राले तो बहुत खड़े, हां वो तो फिर से इतने चाह छड़ के तो भज के जाके जो खा दे ना गड्डी, वो भी ਥੱਲੇ ਜਮਾ ਵੜ ਗਈ, ਗੱਡੀ ਹਿੱਲੀ ਨਹੀਂ। ਫਿਰ ਉਹਦੇ ਥੱਲੇ ਇੱਟਾਂ ਦਿੱਤੀਆਂ ਸੀ ਪੈਰਾਂ ਦੇ, ਫਿਰ ਗੱਡੀ ਨੂੰ ਅਸੀਂ ਹਿਲਾ ਕੇ, ਡਰਾਈਵਰ ਨੇ ਫੋਟੋ ਖਿੱਚੀ ਨਾ ਮੈਂ ਖੜੀ ਗੱਡੀ ਦੀ, ਉਹ ਸ਼ਾਇਦ ਆਉ ਹੁੰਦਾ ਤੇ ਮੁੜ ਕੇ ਟਰਾਲਾ ਪਿੱਛੇ ਤੇ। ਇਹ ਮਲੇਰਕੋਟਲਾ ਸੇ ਆ ਰਹੇ ਥੇ तो एक मारुति कार में 7 बंदे सवार थे, इनमें से ड्राइवर की एक जो आते समय आँख लग गई, उस साइड में एक ट्राला खड़ा था तो उसके नीचे आके कार घुस गई, जिसमें 5 बंदों की ऑन द स्पॉट मौत हो गई है। तो दो जो बच्चे हैं 15-20 साल के, इनको रेफर किया है फरीदकोट हॉस्पिटल। सर कहाँ के? आशा बुटर गाँव के, आशा बुटर में पड़ता है। हाँ जी वहाँ के रहने वाले।